ਸਤਿ ਸ਼੍ਰੀ ਅਕਾਲ ਜੀ ਮੈਂ ਰਮਨ ਓਮ ਗਲੋਬਲ ਤੋਂ ਅੱਜ ਆਪਾਂ ਗੱਲ ਕਰਾਂਗੇ ਯੂਕੇ ਡਿਪੈਂਡੈਂਟ ਵੀਜ਼ਾ ਦੀ ਯਾਨੀ ਕਿ ਸਟੂਡੈਂਟ ਡਿਪੈਂਡੈਂਟ ਵੀਜ਼ਾ ਦੀ ਪਿਛਲੇ ਇੱਕ ਮਹੀਨੇ ਤੋਂ ਇਹ ਖਬਰਾਂ ਆ ਰਹੀਆਂ ਕਿ ਯੂਕੇ ਦਾ ਸਟੂਡੈਂਟ ਵੀਜ਼ਾ ਦੇ ਨਾਲ ਨਾਲ ਜੋ ਡਿਪੈਂਡੈਂਟ ਵੀਜ਼ਾ ਸੀ ਉਹ ਬੰਦ ਹੋ ਰਿਹਾ ਯਾਨੀ ਕਿ ਸਟੂਡੈਂਟ ਵੀਜ਼ਾ ਸਿੰਗਲ ਹੀ ਆਪਾਂ ਜਾ ਸਕਦੇ ਹਾਂ ਬਟ ਅਜੇ ਤੱਕ ਉਹ ਰੂਲਸ ਵਿੱਚ ਕੋਈ ਚੇਂਜਸ ਮੇਜਰ ਨਹੀਂ ਆਈ ਨਾ ਹੀ ਅਜੇ ਤੱਕ ਕੋਈ ਇੰਪਲੀਮੈਂਟ ਉਸ ਵਿੱਚ ਸੁਣਨ 'ਚ ਆ ਰਿਹਾ ਬਟ ਫੈਕਟ ਹੈ ਵੀ ਅਗਰ ਤੁਸੀਂ ਯੂਕੇ ਦਾ ਸਟੂਡੈਂਟ ਵੀਜ਼ਾ ਕਰਦੇ ਹੋ ਅਤੇ ਨਾਲ ਆਪਣੇ ਡਿਪੈਂਡੈਂਟ ਨੂੰ ਲੈ ਕੇ ਜਾਂਦੇ ਹਾਂ ਉਸ ਵਿੱਚ ਯੂਕੇ ਗੌਰਮੈਂਟ ਨੂੰ ਕੋਈ ਵੀ ਫਾਇਦਾ ਨਹੀਂ ਹੁੰਦਾ ਸਟੂਡੈਂਟ ਤੋਂ ਯੂਨੀਵਰਸਿਟੀ ਦੇ ਫੀਸਿਸ ਜਾਂ ਹੋਰ ਇਕਾਨਮੀ ਬੂਸਟ ਹੁੰਦੀ ਹੈ ਬਟ ਜੋ ਡਿਪੈਂਡੈਂਟ ਜਾਂਦਾ ਹੈ ਉੱਥੇ ਉਹਨਾਂ ਨੂੰ ਕੋਈ ਉਸ ਦਾ ਲਾਭ ਨਹੀਂ ਹੁੰਦਾ ਸੋ ਯੂਕੇ ਦਾ ਜੋ ਡਿਪੈਂਡੈਂਟ ਵੀਜ਼ਾ ਹੈ ਹੋ ਸਕਦਾ ਹੈ ਮੇ ਬੀ 2023 ਦੇ ਮਈ ਇਨਟੇਕ ਜਾਂ ਸਤੰਬਰ ਇਨਟੇਕ ਵਿੱਚ ਸ਼ਾਇਦ ਕਿਤੇ ਨਾ ਕਿਤੇ ਉਸ 'ਤੇ ਰੋਕ ਲੱਗ ਜਾਵੇ ਸੋ ਇਸ ਦਾ ਮੇਜਰ ਫੈਕਟ ਹੈ ਕਿ ਯੂਕੇ ਵਿੱਚ ਜੋ ਵੀ ਡਿਪੈਂਡੈਂਟ ਜਾਂਦੇ ਹੈ ਜਾਂ ਉਹਨਾਂ ਦੇ ਚਾਈਲਡ ਜਾਂਦੇ ਹਨ ਸਟੂਡੈਂਟ ਦੇ ਉਹਨਾਂ ਵਿੱਚੋਂ ਕੋਈ ਕੰਟਰੀਬਿਊਸ਼ਨ ਨਹੀਂ ਹੁੰਦਾ ਜਾਂ ਨਾ ਕੋਈ ਟੈਕਸ ਪੇ ਹੁੰਦਾ ਨਾ ਬੱਚਿਆਂ ਦੀਆਂ ਫੀਸਾਂ ਵਿੱਚ ਕੋਈ ਉਹਨਾਂ ਤੋਂ ਟੈਕਸ ਲਿਆ ਜਾਂਦਾ ਹੈ ਯਾਨੀ ਕਿ ਯੂਕੇ ਵਿੱਚ ਇੱਕ ਰੂਲ ਹੈ ਸਿੰਪਲ ਜਿਹਾ ਜਿਸ ਵਿੱਚ ਕਿ 5 ਸਾਲ ਤੋਂ ਉੱਪਰ ਅਗਰ ਆਪਾਂ ਬੱਚੇ ਨੂੰ ਲੈ ਕੇ ਜਾਂਦੇ ਹਾਂ ਉਹਦੀ ਪੜ੍ਹਾਈ ਫਰੀ ਹੈ ਯਾਨੀ ਕਿ ਪੂਰੀ ਫਰੀ ਆਫ ਕੋਸਟ ਪੜ੍ਹਾਈ ਹੈ ਯਾਨੀ ਕਿ ਯੂਕੇ ਦੀ ਗੌਰਮੈਂਟ 'ਤੇ ਉਹ ਲਾਇਬਿਲਟੀ ਹੈ ਸੋ ਇਸੇ ਨੂੰ ਮੁੱਖ ਰੱਖਦੇ ਹੋਇਆਂ ਇਸ ਚੀਜ਼ਾਂ ਨੂੰ ਮੁੱਖ ਰੱਖਦਿਆਂ ਹੋਇਆਂ ਯੂਕੇ ਗੌਰਮੈਂਟ ਇਹਨਾਂ ਡਿਪੈਂਡੈਂਟ ਵੀਜ਼ਾ ਬਾਰੇ ਕੁਛ ਨਵੇਂ ਕਦਮ ਲੈ ਕੇ ਆਉਣ ਬਾਰੇ ਸੋਚ ਰਹੀ ਹੈ 2019 ਦੀ ਆਪਾਂ ਗੱਲ ਕਰੀਏ ਜਿੰਨੇ ਸਟੂਡੈਂਟ ਵੀਜ਼ਾ ਨਾਲ ਡਿਪੈਂਡੈਂਟ ਲੱਗੇ ਸੀ ਉਸ ਤੋਂ 70 ਟਾਈਮ ਯਾਨੀ ਕਿ 70% ਇਨਕਰੀਜ਼ ਹੋਇਆ ਡਿਪੈਂਡੈਂਟ ਵੀਜ਼ਾ ਯਾਨੀ ਕਿ 81,000 ਦੇ ਕਰੀਬ 2022 'ਚ 21 ਅਤੇ 22 ਵਿੱਚ ਡਿਪੈਂਡੈਂਟ ਵੀਜ਼ਾ ਲੱਗੇ ਨੇ ਸੋ ਇਸ ਚੀਜ਼ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਉਹ ਸਟ੍ਰਿਕਟਲੀ ਇੰਪਲੀਮੈਂਟ ਕਰਨ ਦੇ ਬਾਰੇ ਸੋਚ ਰਹੇ ਹਨ ਸੋ ਆਪਾਂ ਅੱਜ ਗੱਲ ਕਰਦੇ ਹਾਂ ਉਹਨਾਂ ਸਟੂਡੈਂਟ ਦੀ ਜੋ ਅਜੇ ਵੀ ਆਪਣੇ ਸਪਾਊਸ ਨੂੰ ਯੂਕੇ ਵਿੱਚ ਨਾਲ ਲੈ ਕੇ ਜਾਣਾ ਚਾਹੁੰਦੇ ਹਨ ਜਿਨ੍ਹਾਂ ਦੀ ਗ੍ਰੈਜੂਏਸ਼ਨ ਕੀਤੀ ਹੋਈ ਹੈ ਓਵਰਆਲ 6 ਬੈਂਡ ਨੇ ਆਇਲਸ ਵਿੱਚੋਂ 1 ਜਾਂ 2 ਮਡਿਊਲ 'ਚੋਂ 5.5 ਬੈਂਡ ਨੇ ਅਤੇ ਤੁਸੀਂ ਮਈ ਇਨਟੇਕ ਲਈ ਯੂਕੇ ਦਾ ਆਪਣਾ ਫਾਈਲ ਪ੍ਰੋਸੈਸ ਕਰਾਓ ਅਤੇ ਯੂਕੇ ਵਿੱਚ ਪੜ੍ਹਨ ਦਾ ਸੁਪਨਾ ਆਪਣੇ ਬੱਚਿਆਂ ਅਤੇ ਆਪਣੇ ਹਸਬੈਂਡ ਜਾਂ ਵਾਈਫ ਨਾਲ ਸਾਕਾਰ ਕਰੋ ਵਧੇਰੇ ਜਾਣਕਾਰੀ ਲਈ ਕਾਲ ਕਰੋ 9216-9167 ਜਾਂ ਸਾਡੇ ਓਮ ਗਲੋਬਲ ਦੇ ਕਿਸੇ ਵੀ ਆਫਿਸ 'ਚ ਵਿਜ਼ਿਟ ਕਰੋ ਧੰਨਵਾਦ